ਅਸਲਾਮ ਅਲਿਕੁਮ ਖਾਵਰ ਵੀਲੋਗਸ YouTube ਚੈਨਲ ਖੁਸ਼ ਆਮ ਦੇ ਜੀ ਦੋਸਤੋ ਅੱਜ ਅਸੀਂ ਮੌਜੂਦ ਹੈਗੇ ਆਂ ATS ਸ਼ੋਰੂਮ ਤੇ ਜਿੱਥੇ ਕਿ ਕੁਝ ਨਵੀਂ ਮਾਲੂਮਾਤ ਸਾਡੇ ਤੱਕ ਪਹੁੰਚੀ ਹੈ ਜਿਹੜੀ ਸੀ ਆਦੀ ਮਾਲੂਮਾਤ ਜਿਹੜੀ ਹੈਗੀ ਹੈ ATS ਸੈਕਟਰ ਦੇ ਹਵਾਲੇ ਨਾਲ ਜਾਂ ਕੰਪਨੀ ਨੇ ਜੋ ਕਿ ਹੈ ਉਹ ਅਸੀਂ ਆਦੀ ਵੀਰ ਪਰਾਵਾਂ ਤੱਕ ਸ਼ੇਅਰ ਕਰਨ ਲੱਗੇ ਆਂ ਜਿਵੇਂ ਕਿ ਦੋਸਤ ਤੁਸੀਂ ਦੇਖ ਸਕਦੇ ਜੇ ਕਿ ਚੰਦੇ ਟਾਈਮ ਦੇ ਵਿੱਚ ਜਿਹੜਾ ATS ਸੈਕਟਰ ਹੈਗਾ ਮਾਰਕੀਟਸ ਵਿੱਚ ਉਹਨੇ ਆਪਦੀ ਬਹੁਤ ਹੀ ਜ਼ਿਆਦਾ ਜਿਹੜੀ ਆਦੀ ਮੰਗ ਕਰ ਲਈ ਜਾਨੀ ਕਿ ਮਾਰਕੀਟ ਬਣਾ ਰਿਹਾ ਆਸਾ ਦਾ ਜ਼ਿੰਮੇਵਾਰ ਜਿਹੜਾ ATS ਸੈਕਟਰ ਪਾਸਿਆ ਰਹੇ ਕਿਉਂ ਆ ਰਹਨ ਇਹ ਵੀ ਤੁਹਾਨੂੰ ਦੱਸਣਾ ਇਹ ਵੀ ਦੱਸਣਾ ਹੈ ਕੰਪਨੀ ਇਹਦੇ ਵਿੱਚ ਹੋਰ-ਹੋਰ ਕੀ-ਕੀ ਚੇਂਜ ਕਰਦੀ ਕਿਉਂਕਿ ਕੰਪਨੀ ਕਾਫੀ ਸਾਰੀਆਂ ਤਬਦੀਲੀਆਂ ਚੇਂਜਿੰਗਾਂ ਜਿਹੜੀਆਂ ਐਟਆਈਐਸ ਦੇ ਵਿੱਚ ਮਜ਼ੀਦ ਕਰ ਰਹੀ ਹੈ ਜਿਹੜੇ ਅਗੇ ਨਵਾਂ ਮਾਡਲ 2024 ਚ ਆਏਗਾ ਉਹਦੇ ਵਿੱਚ ਕਾਫੀ ਸਾਰੀਆਂ ਚੇਂਜਿੰਗਾਂ ਕੰਪਨੀ ਕਰਕੇ ਉਹਨੂੰ ਪੇਚ ਰਹੀ ਹੈ ਉਹ ਵੀ ਇਨਸ਼ਾਅੱਲਾ ਸਿਆਲ ਜ਼ਿੰਮੇਵਾਰਾਂ ਨਾਲ ਸ਼ੇਅਰ ਕਰਾਂਗੇ ਜਿਵੇਂ ਨਵੇਂ ਮਾਡਲ ਜਿਹੜੇ ਅਗੇ ਨੇ ਕੰਪਨੀ ਦੇ ਮਾਰਕੀਟ ਚ ਆਉਂਦੇ ਨੇ ਕੁਝ ਹੋਰ ਨਵੇਂ ਮਾਡਲ ਕੰਪਨੀਆਂ ਲਾਂਚ ਕਰ ਰਹੀ ਹੈ ਜਿੰਦੇ ਵਿੱਚ ਕਾਫੀ ਸਾਰੇ ਮਾਡਲ ਹੋਣਗੇ ਤੇ ਇੱਕ ਤਾਂ ਜੀ ਕੰਪਨੀ ਜਿਹੜੀ ਹੈਗੀ ਆਪਣੇ ਡਾਇ ਇਹ ਪਾਰਟ ਸੈਕ ਨੇ ਪਾਰਟਸ ਜਾਨੀ ਸਪेयर ਪਾਰਟਸ ਬਹੁਤ ਅੱਛੀ ਕੁਆਲਿਟੀ ਦੇ ਲਗਾ ਰਹੀ ਹੈ ਏਟੀਐਸ ਦੇ ਲਗਾ ਰਹੀ ਹੈ ਹੋਰ ਵੀ ਕੁ ਮਕਤਲਫ ਕੰਪਨੀਆਂ ਦੇ ਜਿਹੜੇ ਅੱਛੇ ਪਾਰਟਸ ਉਹ ਲਗਾ ਰਹੀ ਹੈ ਦੂਸਰਾ ਜਨਾਬ ਔਇਲ ਕੁਲਰ ਉਹ ਲਗਵਾ ਰਹੀ ਹੈ ਨਾਲ ਜਾਨੀ ਲਗਾ ਰਹੀ ਹੈ ਕਿ ਜਿੰਦੇ ਵਜ੍ਹਾ ਤੋਂ ਟਰੈਕਟਰ ਦੇ ਇੰਜਨ ਦੇ ਵਿੱਚ 8 ਤੋਂ 10 ਲੀਟਰ ਪਹਿਲੇ 8 ਲੀਟਰ ਮੋਬਾਈਲ ਹੈਗਾ ਸੀ ਉਹ ਜਨਾਬ 10 ਲੀਟਰ ਹੋ ਗਿਆ ਠੀਕ ਹੈ 10 ਲੀਟਰ ਹੋਣ ਦੀ ਵਜ੍ਹਾ ਨਾਲ ਇਹ ਫਰਕ ਪੈ ਕੇ ਕਿ ਟਰੈਕਟਰ ਗਰਮੀ ਨਹੀਂ ਕਰੇਗਾ ਦੂਸਰਾ ਮੋਬਾਈਲ ਤੁਹਾਡਾ ਅੱਛਾ ਚੱਲੇਗਾ ਜ਼ਿਆਦਾ ਚੱਲੇਗਾ ਡੀਜ਼ਲ ਖर्चा ਘੱਟ ਹੋਗਾ ਜਦੋਂ ਤੁਹਾਡਾ ਮੋਬਿਲਲ ਗਰਮ ਨਹੀਂ ਹੋਏਗਾ ਤੇ ਜ਼ਾਇਰੀ ਜੀ ਕਲੇ ਉਹ ਸੜੇਗਾ ਨਹੀਂ ਘਟੇਗਾ ਨਹੀਂ ਤੇ ਟਰੈਕਟਰ ਠੰਡਾ ਰਹੇਗਾ ਤੇ ਡੀਜ਼ਲੀ ਐਵਰੇਜ ਵੀ ਅੱਛੀ ਦੇਗਾ ਖਚਾਈ ਵੀ ਅੱਛੀ ਕਰੇਗਾ ਤੇ ਹੋਰ ਉਸ ਤੂਸਾ ਕੰਪਨੀ ਜਿਹੜੀ ਇਹ ਸਪੇਅਰ ਪਾਰਟ ਬਹੁਤ ਅੱਛਾ ਲਗਾ ਰਹੀ ਹੈ ਤੇ ਮਟੀਰੀਅਲ ਦਾ ਜਨਾਬ ਉਹ ਕਹਿੰਦੇ ਨੇ ਜਿਵੇਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਤਾਂ ਕਿ ਜ਼ਿੰਮੇਦਾਰ ਸਾਡਾ ਖਰਾਬ ਨਾ ਹੋਵੇ ਤੰਗ ਨਾ ਹੋਵੇ ਕਸਟਮਰ ਖਰਾਬ ਨਾ ਹੋਵੇ ਉਹਨੂੰ ਕੋਈ ਪਰੇਸ਼ਾਨੀ ਨਾ ਬਣੇ ਵੈਸੇ ਹੀ ਹਰ ਕਿਸੇ ਬੰਦੇ ਨੇ ਪਤਾ ਹੈ ਵੀ ਸਪੇਅਰ ਪਾਰਟ ਦੇ ਵਾਲੇ ਨਾਲ 80 ਸਾਲ ਤੋਂ ਪਿੱਛੇ ਕੰਮ ਕਰ ਰਹੀ ਸਿਰਫ ਇੱਕ ਟਰੈਕਟਰ ਉਹ ਨਹੀਂ ਬਣਾ ਰਹੇ ਸੀ ਟਰ ਤੇ ਮਜ਼ੀਦ ਵੀ ਜ਼ਿੰਮੇਦਾਰ ਜਿਹੜੇ ਆ ਗਏ ਨੇ ਉਹ ਜਨਾਬ 80 ਸੈਕਟਰ ਟਰੈਕਟਰ ਖਰੀਦਣ ਬੁੱਕ ਕਰਵਾ ਰਹੇ ਨੇ ਫਿਲਹਾਲ ਬੁਕਿੰਗ ਦੇ ਵਿੱਚ ਥੋੜਾ ਜਿਹਾ ਇਹ ਹੈ ਕਿ ਟਰੈਕਟਰ ਬੁਕਿੰਗ ਹੋ ਰਹੀ ਹੈ ਕਿਉਂਕਿ ਥੋੜਾ ਜਿਹਾ ਪਲਾਂਟ ਦਾ ਛੋਟਾ ਜਿੰਦੀ ਵਜ੍ਹਾ ਤੋਂ ਬੁਕਿੰਗ ਦੇ ਵਿੱਚ ਟਰੈਕਟਰ ਡਿਲੀਵਰੀ ਹੋਣ ਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਤੇ ਉਹ ਜਨਾਬ ਕੰਪਨੀ ਬਰਪੂਰ ਏਸੀ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਹਾਂ ਜੀ ਜ਼ਿੰਮੇਦਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਟਰੈਕਟਰ ਡਿਲੀਵਰੀ ਕਰਦੀ ਹੈ ਤਾਂ ਕਿ ਟਰੈਕਟਰ ਉਹਨਾਂ ਕੋਲ ਪਹੁੰਚ ਜਾਵੇ ਤੇ ਕੰਪਨੀ ਨੇ ਜੀ ਕਲਰਸ ਵਿੱਚ ਚੋਇਸ ਦਿੱਤੀ ਹਰ ਤੁਸੀਂ ਕਿਸ ਤਰ੍ਹਾਂ ਦਾ ਕਲਰ ਚੂਜ਼ ਕਰਨਾ ਚਾਹੁੰਦੇ ਹੋ ਜਿਹੜੇ ਕਲਰ ਦਾ ਵੀ ਤੁਹਾਨੂੰ ਟਰੈਕਟਰ ਚਾਹੀਦਾ ਕੰਪਨੀ ਵਾਲੇ ਕਹਿ ਰਹੇ ਨੇ ਜੀ ਤੁਹਾਨੂੰ ਸੀਓ ਟਰੈਕਟਰ ਦੇਵਾਂਗੇ ਜਿੰਦੇ ਵਿੱਚ ਆ ਤੁਸੀਂ ਇੱਕ ਪੀਲਾ ਟਰੈਕਟਰ ਦੇ ਰਹੇ ਜੇ ਕਿ ਆਪਣੇ ਕਸਟਮਰ ਹੈਗੇ ਨੇ ਉਹਨਾਂ ਦੇ ਖੁਆਇਸ਼ ਤੇ ਜਨਾਬ ਇਹ ਪੀਲਾ ਟਰੈਕਟਰ ਜਿਹੜਾ ਹੈਗਾ ਉਹਨਾਂ ਨੂੰ ਇਹ ਡਿਲੀਵਰ ਹੋਇਆ ਰੈੱਡ ਇੱਕ ਜਨਾਬ ਜੀ ਦੂਸਰੀ ਹੈਗੀ ਬਲੂ ਕਲਰ ਵੀ ਆ ਰਿਹਾ ਹੈਗਾ ਬਲੂ ਕਲਰ ਵੀ ਆਲਰੇਡੀ ਚੱਲ ਰਿਹਾ ਹੈ ਇੱਕ ਉਹ ਬਲੈਕ ਬਲੈਕ ਕਲਰ ਵੀ ਜਨਾਬ ਜਿਹੜਾ ਹੈਗਾ ਮਾਰਕੀਟ ਦੇ ਵਿੱਚ ਆਏਗਾ ਇਨਸ਼ਾਅੱਲਾ ਜਲਦ ਆਏਗਾ ਫਿਰ ਔਰੇਂਜ ਕਲਰ ਵੀ ਆਏਗਾ ਪਿੰਕ ਕਲਰ ਵੀ ਆਏਗਾ ਸਬਜ਼ ਕਲਰ ਗ੍ਰੀਨ ਕਲਰ ਵੀ ਆਏਗਾ ਹੋਰ ਵੀ ਕਾਫੀ ਸਾਰੇ ਜਿਸ ਤਰ੍ਹਾਂ ਦੇ ਕਲਰ ਹੈਗੇ ਨੇ ਕੰਪਨੀ ਕਰੇ ਜੀ ਅਸੀਂ ਕਲਰ ਤੁਹਾਨੂੰ ਦੇਵਾਂਗੇ ਕਿਉਂਕਿ ਕੰਪਨੀ ਨੇ ਇੱਕ ਕਹਿ ਦਿੱਤਾ ਕਿ ਜ਼ਿੰਮੇਦਾਰ ਸਾਡੇ ਕੋਲ ਜਦੋਂ ਟਰੈਕਟਰ ਬੁੱਕ ਕਰਾਉਣ ਆਵਣ ਉਹ ਸਾਨੂੰ ਦੱਸਣ ਬਕਾਇਦਾ ਕਿ ਉਹਨਾਂ ਨੂੰ ਕਿਸ ਕਲਰ ਦੇ ਵਿੱਚ ਟਰੈਕਟਰ ਚਾਹੀਦਾ ਉਹਨਾਂ ਨੂੰ ਮਿਲੇਗਾ ਤਾਂ ਮਜ਼ੀਦ ਹੋਰ ਜਿਸ ਤਰ੍ਹਾਂ ਹੀ ਨਵੀਆਂ ਚੇਂਜਿੰਗਾਂ ਆ ਰਹੀਆਂ ਨੇ ਉਹ ਵੀ ਅਸੀਂ ਅਜੇ ਵੀਰ ਪਰਮਾਰਾ ਸ਼ੇਅਰ ਕਰਾਂਗੇ ਜਿੰਦੇ ਵਿੱਚ ਜਨਾਬ ਇੱਕ ਨਵਾਂ ਨਿਊ ਮਾਡਲ ਜਿਹੜਾ ਆ ਰਿਹਾ ਹੈ ਉਹ ਕੰਪਨੀ ਜਨਾਬ ATS 290 ਟਰਬੋ ਟਰਬੋ ਵੀ ਲਾਂਚ ਕਰ ਰਹੀ ਹੈ ਅਗਰ ਕੋਈ ਜ਼ਿੰਮੇਦਾਰ ਕੰਨ ਵੀ ਸਾਨੂੰ ਟਰਬੋ ਟਰੈਕਟਰ ਚਾਹੀਦਾ ਜਿੰਦੀ ਵੰਝਤ ਹੋ ਸਕਦਾ ਟਰੈਕਟਰ ਦੀ ਹਸ ਪਾਵਰ ਜਿਹੜੀ ਹੈਗੀ ਹੈ ਤਕਰੀਬਨ 90 ਤੋਂ 95 ਹਸ ਪਾਵਰ ਹੋ ਜਾਏ ਤੇ ਹੋਰ ਵੀ ਨਾਲ ਅਜ਼ਾਫੀ ਚੀਜ਼ਾਂ ਕੋਈ ਲਗਾ ਕੇ ਦੇਣਗੇ ਉਹਦੇ ਹੋ ਸਕਦਾ ਕੋਈ ਐਕਸਟਰਾ ਪੈਸੇ ਜਿਹੜੇ ਹੈਗੇ ਨੇ ਉਹ ਨਾਲ ਲੱਗਣ ਕਿਉਂਕਿ ਜਿਹੜਾ ਟਰਬੋ ਵਾਲਾ ਮਾਡਲ ਹੋਏਗਾ ਜੀ ਉਹਦੀ ਕੀਮਤ ਜ਼ਿਆਦਾ ਹੋਵੇਗੀ ਕਿਉਂਕਿ ਉਹਨੂੰ ਟਰਬੋ ਲੱਗੀ ਹੋਣੀ ਹੈ ਜ਼ਾਹਿਰ ਜੀ ਗੱਲ ਹੈ ਅਗਰ ਤੁਸੀਂ ਟਰਬੋ ਲਗਵਾਉਂਦੇ ਜੀ ਉਹਦੇ ਐਕਸਟਰਾ ਪੈਸੇ ਲੱਗਦੇ ਨੇ ਜਿ세 ਤਰ੍ਹਾਂ ਕਿ ਆਇਲ ਕੁਲਰ ਜਿਹੜਾ ਟ੍ਰੈਕ ਤੇ ਕੰਪਨੀ ਨੂੰ ਵੀ ਸਾਡੀ ਇਹੋ ਗੁਜ਼ਾਰਿਸ਼ ਹੈਗੀ ਹੈ ਕਿ ਤੁਸੀਂ ਇਹ ਵਾਲੀ ਚੀਜ਼ਾਂ ਨਾਲ ਲਗਾ ਕੇ ਭੇਜੋ ਕਿਉਂਕਿ ਜ਼ਿੰਮੇਦਾਰ ਨੂੰ ਬਾਅਦ ਦੇ ਵਿੱਚ ਲਗਾਉਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਕੁਝ ਜ਼ਿੰਮੇਦਾਰ ਨਹੀਂ ਲਗਵਾਉਂਦੇ ਜਿਸ ਟਾਈਮ ਜਿਹੜੀ ਕੰਪਨੀ ਜੋ ਲੱਗ ਕੇ ਆਏਗੀ ਉਹ ਪੂਰੇ ਇੱਕ ਤਰੀਕੇ ਨਾਲ ਅੱਛੇ ਤਰੀਕੇ ਨਾਲ ਤੁਸੀਂ ਨਾਲ ਉਹਦੀ ਫਿਟਿੰਗ ਕੀਤੀ ਹੋਈਗੀ ਤੇ ਉਹ ਬਿਹਤਰ ਅੱਛੀ ਚੱਲੇਗੀ ਬਿਹਤਰ ਪਰਫਾਰਮੈਂਸ ਦੇਏਗੀ ਤੇ ਕੰਪਨੀ ਵਾਲੇ ਜਾਸਤਾ-ਜਾਸਤਾ ਜ਼ਿੰਮੇਦਾਰ ਦੀ ਹਰ ਰਿਕਵਾਇਰਮੈਂਟ ਜਿਹੜੀ ਹੈਗੀ ਨੇ ਪੂਰੀ ਕਰ ਰਹੇ ਪੈਣ ਨੇ ਤੇ ਕਸਟਮਰ ਕਿਉਂ ਇਸ ਸਾਈਡ ਤੇ ਆ ਰਹੇ ਨੇ ਕਿਉਂਕਿ ਦੂਸਰੀ ਕੰਪਨੀ ਜਿਹੜੀ ਹੈ ਯਾਨੀ ਉਹ ਜੀ ਟਰੈਕਟਰ ਨੂੰ ਅਚਾ ਖਾਸਾ ਨਹੀਂ ਬਣਾ ਰਹੀ ਹੈ ਜਿੰਦੀ ਵਜ੍ਹਾ ਤੋਂ ਕੰਪਨੀ ਆਪਣਾ ਜਿਹੜੀ ਉਮੀਦ ਆ ਰਹੇ ਨੇ ਉਹਨਾਂ ਨੂੰ ਇਸ ਇਸ ਕੰਪਨੀ ਕੋਲ ਆਮਣ ਤੇ ਆਣਾ ਪੈ ਰਿਹਾ ਕਿਉਂਕਿ ਇਹਨਾਂ ਦੇ ਟਰੈਕਟਰ ਬਿੱਤ ਰਹੇ ਨੇ ਤੇ ਡਿਜ਼ਾਈਨ ਥੋੜਾ ਜੇ ਇਸ ਵਾਸਤੇ ਪੁਰਾਣਾ ਹੈ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਲਾਇਸੈਂਸ ਦਾ ਇਸ਼ੂ ਸੀ ਜਿੰਦੀ ਵਜ੍ਹਾ ਤੋਂ ਇਹਨਾਂ ਨੂੰ ਡਿਜ਼ਾਈਨ ਇਹ ਵਾਲਾ ਹੈ ਇਨਸ਼ਾਅੱਲਾ ਉਹ ਕਹਿ ਰਹੇ ਸੀ ਅਸੀਂ ਡਿਜ਼ਾਈਨ ਵੀ ਚੇਂਜ ਕਰ ਦੇਾਂਗੇ ਅਨਕਰੀਬ 80s ਜਿਹੜਾ ਆਏਗਾ ਨਵੇਂ ਡਿਜ਼ਾਈਨ ਦੇ ਵਿੱਚ ਵੀ ਮਾਰਕੀਟ ਚ ਲਾਂਚ ਹੋ ਜਗਾ ਹੋਰ ਵੀ ਕਾਫੀ ਸਾਰੀਆਂ ਚੇਂਜਿੰਗਾਂ ਹੈਗੀਆਂ ਨੇ ਜਿਹੜੀਆਂ ਕੰਪਨੀ ਕਰੇਗੀ ਇਨਸ਼ਾਅੱਲਾ ਜਿਵੇਂ ਹੀ ਮਜ਼ੀਦ ਉਹ ਆਉਣਗੀਆਂ ਜਿੰਦੇ ਵਿੱਚ ਯਾਨੀ ਕਿ ਗੀਅਰ ਬਕਸੇ ਦੀ ਗਰਾਰੀਆਂ ਆਲਰੇਡੀ ਕਰ ਰਹੇ ਨੇ ਵੇਸੀ ਅੱਛੀਆਂ ਪਾਰ ਰਹੇ ਹੋਈ ਪੇ ਸਪੇਅਰ ਪਾਰਟ ਨੇ ਦਾ ਤਕਰੀਬਨ ਜਿ세ਰ ਕ੍ਰੈਂਕ ਹੋਗੀ ਬਲਾਕ ਹੋ ਗਿਆ ਹੋਰ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਇੰਪੋਰਟ ਕਰਕੇ ਜਨਾਬ ਪ੍ਰੈਕਟਿਕ ਫਿਟਿੰਗ ਕਰ ਰਹੇ ਫਿਰ ਜਿਹੜਾ ਇਹ ਮਟੀਰੀਅਲ ਹਾਊਸਿੰਗ ਹਾਂਡਾ ਗিয়ার ਬਕਸਾ ਹੋ ਗਿਆ ਜਨਾਬ ਇਹ ਪਿਛਲੀਆਂ ਟੂਬਾਂ ਹੋ ਗਈਆਂ ਉਹ ਜੀ ਅੱਛੇ ਮਟੀਰੀਅਲੀਆਂ ਜੜੀਆਂ ਨੇ ਉਹ ਕਹ ਰਹੇ ਨੇ ਸੀ ਇਸਤੇਮਾਲ ਕਰ ਰਹੇ ਆ مزید ਮਾਰਕੀਟ ਦੇ ਵਿੱਚ ਏਟੀਐਸ ਸਟ੍ਰਕਚਰ ਚੱਲ ਰਹੇ ਨੇ ਤੇ ਜ਼ਿੰਮੇਦਾਰਾਂ ਦਾ ਕਾਫੀ ਅੱਛਾ ਫੀਡਬੈਕ ਆ ਰਿਹਾ ਰਿਸਪੌਂਸ ਆ ਰਿਹਾ ਜਿੰਦੀ ਵੰਝਲ ਜ਼ਿੰਮੇਦਾਰ ਏਟੀਐਸ ਨੂੰ ਬਹੁਤ ਪਸੰਦ ਕਰ ਰਹੇ ਤੇ ਹੌ ਹੌਲਾ ਏਟੀਐਸ ਜਿਹੜਾ ਹੈਗਾ ਮਾਰਕੀਟ 'ਚ ਆਦੀ ਜਗ੍ਹਾ ਬਣਾ ਰਿਹਾ ਹੈ ਏ ਜੀ ਜਿਹੜੀ ਮਾਰਕੀਟ ਬਣਾਣੀ ਹੈ ਇਹ ਜ਼ਿੰਮੇਦਾਰਾਂ ਨੇ ਬਣਾਣੀ ਹੈ ਨਾ ਕਿ ਕੰਪਨੀ ਬਣਾਏ ਕੰਪਨੀ ਸਿਰਫ ਇਸ ਚੀਜ਼ ਦਾ ਖਿਆਲ ਰੱਖੇ ਕਿ ਉਹ ਜ਼ਿੰਮੇਦਾਰ ਨੂੰ ਇੱਕ achi ਚੀਜ਼ ਦੇਵੇ ਕਿਉਂਕਿ ਇਸ ਟਾਈਮ ਜਿਹੜੇ ਦੂਸਰੇ ਕੰਪਨੀਆਂ ਵਾਲੇ ਆਏ ਗਏ ਨੇ ਉਹ ਇਸੀ ਦਾ ਖਿਆਲ ਨਹੀਂ ਰੱਖਦੇ ਬਜਿੰਦੀ ਵਜ੍ਹਾ ਤੇ ਜਿਹੜੇ ਜ਼ਿੰਮੇਦਾਰ ਆਏ ਗਏ ਨੇ ਉਹ 80s ਅਲ ਜਾ ਰਹੇ ਨੇ ਜਿਸ ਤਰ੍ਹਾਂ ਕਿ ਹੁਣ ਇਹ yellow color ਵਾਲਾ tractor ਆਇਆ ਕਿਉਂਕਿ ਇਹ ਜਨਾਬ ਦੇਖ ਸਕਦੇ ਹੋ ਕਿ yellow color tractor ਬਹੁਤ ਹੀ ਜ਼ਿਆਦਾ ਸੂਟ ਕਰ ਰਿਹਾ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਇਨਸ਼ਾਅੱਲਾ ਜਨਾਬ ਜੀ ਦੁਬਾਰਾ ਫਿਰ ਆਜਣਾ ਹੋ ਕੇ ਜੱਲਾਫ